ਦੋਸਤੋ ਤੁਸੀਂ ਨਿਊਰੋਲਿੰਕ ਬਾਰੇ ਧਰੂ ਸੁਣਿਆ ਹੋਣਾ ਕਿਤੇ ਨਾ ਕਿਤੇ ਕੋਈ ਵੀਡੀਓ ਦੇਖੀ ਹੋਣੀ ਆ ਅੱਜ ਕੱਲ ਬਹੁਤ ਨਿਊਜ਼ ਆ ਕਿਉਂਕਿ ਇੱਕ ਬੰਦੇ ਦੇ ਦਿਮਾਗ 'ਚ 芯片 ਲੱਗੀ ਪਈ ਆ ਤੇ ਬੰਦਾ ਪੈਰਾਲਾਈਜ਼ ਆ ਤੇ ਉਹ ਗੇਮ ਖੇਡਣ ੜਿਆ ਆ ਮਤਲਬ ਉਹ ਆਪਣਾ ਸਰੀਰ ਹਿਲਾ ਨਹੀਂ ਸਕਦਾ ਕੱਲਾ ਸਿਰ ਹਿਲਾ ਸਕਦਾ ਉਹਦੇ ਦਿਮਾਗ 'ਚ ਚਿਪ ਲਾਈ ਆ ਉਹ ਚਿਪ ਦੀ ਮਜ਼ਾ ਨਹੀਂ ਉਹ ਗੇਮ ਖੇਡਣ ੜਿਆ ਆ ਇਹ ਬਹੁਤ ਹੈਰਾਨ ਕਰਨ ਵਾਲੀ ਗੱਲਬਾਤ ਆ ਤੁਸੀਂ ਟੀਵੀ ਦੇਖਣ ੜਿਆ ਤੇ ਤੁਸੀਂ ਚੈਨਲ ਚੇਂਜ ਕਰਨਾ ਜਦੋਂ ਤੁਸੀਂ ਚੈਨਲ ਚੇਂਜ ਕਰਨਾ ਤਾਂ ਰਿਮੋਟ ਚੱਕੜਾ ਪੈਣਾ ਪਰ ਇਹ ਜਿਹੜੇ ਚਿਪ ਲੱਗੀ ਆ ਇਹ ਬਿਨਾ ਰਿਮੋਟ ਤੋਂ ਹੀ ਚੰਗਾ ਚੇਂਜ ਕਰਤਾ ਤੇ ਇਹ ਗਲਬਤ ਕਿਸੇ ਕਰਾ ਮਰ ਤੋਂ ਘਟਣੀ ਤੇ ਇਹ ਕਿੱਦਾਂ ਹੋ ਰਿਹਾ ਤੇ ਨਿਊਰੋਨਿਕ ਹੈ ਗਈ ਗਈ ਆ ਅੱਜ ਦੀ ਵੀਡੀਓ ਚ ਆਪਾਂ ਉਹਦੇ ਬਾਰੇ ਸਮਝਦੇ ਆਂ ਚਲੋ ਕਰਦੇ ਅੱਜ ਦੀ ਵੀਡੀਓ ਸ਼ੁਰੂ ਦੋਸਤੋ ਤੁਸੀਂ ਇਲਨ ਮਸਕ ਨੂੰ ਜਾਣਦੇ ਹੋਣੇ ਆ ਇਹ ਫੇਮਸ ਆ ਟੈਸਲਾ ਕਰਕੇ ਤੇ ਸਪੇਸ ਐਕਸ ਕਰਕੇ ਜੇ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਆਂ ਇਹ AI ਤੋਂ ਬਹੁਤ ਡਰਦਾ ਤੇ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਇਹ ਕਹਿੰਦਾ ਵੀ ਹਿਊਮਨਲੀ ਬਹੁਤ ਡੇਂਜਰਸ ਆ ਜਿਦਾਂ ਬਾਲਵ ਹੋਣ ਡਈ ਆ ਤੇ ਫੇਸਬੁੱਕ ਤੇ ਮਾਲਕ ਮਾਰਕਸ ਜ਼ਕਰ ਇਹ ਦੋਨਾਂ ਨੇ ਮਤ ਭੇਜਦਾ ਉਹ ਜਾਰੇ ਤਾਈਂ ਆਪਸ ਬਿਓ ਮੰਨਦੇ ਆ ਵੀ ਏਆਈ ਡੇਂਜਰ ਨਹੀਂ ਕੀ ਹਿਮਨਟਲੀ ਇਹ ਮੰਨਦਾ ਵੀ ਡੇਂਜਰ ਆ ਤੁਸੀਂ ਇਹਨਾਂ ਦੀ ਕਈ ਇੰਟਰਵਿਊ ਵਿੱਚ ਸੁਣਾਉਣਾ ਆ ਉਹੀ ਮੇਰੇ ਤੋਂ ਲਿਖ ਕੇ ਲੈ ਲਓ ਜਿਹੜਾ ਏਆਈ ਆ ਨਾ ਆਰਟੀਫੀਸ਼ਲ ਇੰਟੈਲੀਜੈਂਟ ਆ ਇਹ ਪ੍ਰੋਬਲਮ ਆ ਤੋ ਵੀ ਯਾਰ ਖਤਰਨਾਕ ਆ ਬਾਕ ਮਾਈ ਵਰਡਸ ਏਆਈ ਇਸ ਫਾਰ ਮੋਰ ਡੇਂਜਰਸ ਦਨ ਨੁਕਸ ਤੇ ਜਿੰਨਾ ਇਹ ਸਮਾਰਟ ਬੰਦਾ ਆ ਇਦਨ ਦੇ ਬੰਦੇ 100 ਸਾਲ ਚੈ ਤੇ ਦੁਨੀਆ ਸਭ ਤੋਂ ਬੀਰ ਬੰਦਾ ਵੀ ਸੀਗਾ ਹੁਣ ਸ਼ੇਅਰ ਨਹੀਂ ਹੈਗਾ ਵੀ ਤਈਓ ਆ ਐਨੇ ਆਪਣੇ ਟੈਸਲਾ ਕੰਪਨੀ ਦੇ ਸ਼ੇਅਰ ਪਬਲਿਕ ਕੀਤੇ ਹੋਇਆ ਉਹਨਾਂ ਦੀ ਐਨੀ ਵੈਲਿਊ ਆ ਤੁਸੀਂ ਇਮੇਜਿਨ ਕਰੋ ਜੇ ਬਾਕੀ ਕੰਪਨੀਆਂ ਨੂੰ ਪਬਲਿਕ ਕਰ ਦਵੇ ਮਤਲਬ ਬਾਕੀ ਕੰਪਨੀ ਦੇ ਸ਼ੇਅਰ ਪਬਲਿਕ ਕਰ ਦਵੇ ਐਨਾ ਕੋ ਨਿਊਰਲਿੰਕ ਆ ਸਪੇਸ ਐਕਸਾ ਦ ਬੋਰਿੰਗ ਕੰਪਨੀ ਆ ਜਿਹੜੀ ਬੋਰਿੰਗ ਕੰਪਨੀ ਆ ਉਹ ਅੰਡਰਗਰਾਉਂਡ ਟਨਲ ਬਣਾਉਂਦੀ ਆ ਜੇ ਉਹ ਸਾਰਿਆਂ ਨੂੰ ਪਬਲਿਕ ਕਰ ਦੋਇਆ ਨਾ ਤੇ ਇਹ ਬੰਦਾ ਟ੍ਰਿਲੀਅਨਰ ਬਣ ਜਾਵੇ ਮਤਲਬ ਇਹਦੇ ਲੱਗ ਹੀ ਸ਼ੱਕ ਕੋਈ ਹੋਵੇ ਹੀ ਨਾ ਜਿਦਾ ਇਲਨ ਮਸਕਰਗੇ ਬੰਦੇ ਜਿਹੜੇ ਦਿਮ ਆਪਣਾ ਜਰਾ ਕਲੀਅਰ ਦੇਖ ਸਕਦੇ ਆ ਬੈਟਰ ਦੇਖ ਸਕਦੇ ਆ ਆਪਣਾ ਲੋ ਵੀ ਫਿਊਚਰ ਚ ਕੀ ਹੋਣਾ ਅੱਗੇ ਮੈਨੂੰ ਕਿੰਨਾ ਵੀ ਪੂਰੇ ਸਹੀ ਹੋ ਗਏ ਪਰ ਉਹ ਜਾਰਾ ਜਾਰਾ ਕਲੀਅਰ ਹੋ ਸਕਦੇ ਆਪਣੇ ਫਿਊਚਰ ਵੀ ਫਿਊਚਰ ਕਿਦਾਂ ਦਾ ਹੋਊਗਾ ਜਿੱਦਾਂ ਚੈਟ ਜੀ ਪੀ ਆਈ ਆ ਬਈ ਅਜੇ ਆਈ ਨੂੰ ਸਾਲ ਆਇਆ ਹੁਣ ਦੂਜਾ ਵਰਜਨ ਆ ਗਿਆ ਹੁਣ ਸੋਰਾ ਆ ਗਈ ਜਿਹੜੀ ਵੀਡੀਓ ਬਣਾਉਂਦੀ ਆ ਤੇ ਇਲਨ ਮਸਕ ਇਹ ਡਰਦਾ ਵੀ ਬੰਦਾ ਏ ਆਈ ਨਾਲ ਕੈਚ ਅਪ ਨਹੀਂ ਕਰ ਸਕਦਾ ਮਤਲਬ ਏ ਆਈ ਨੇ ਸਾਰੇ ਹਿਊਮਨ ਪਿੱਛੇ ਛੱਡ ਦੇਣੇ ਪਰ ਅੰਟਾਈਮ ਤੁਸੀਂ ਮੂਵੀ ਦੇਖੀ ਹੋਣੀ ਆ ਉਹ ਚੇਹ ਦਿਖਾਇਆ ਵੀ ਜਿਹੜੇ ਕਰਦੇ ਕੰਮ ਸਾਰੇ ਰੋਬੋਟ ਕਰਨਦੇ ਆ ਪੁਰਾਣੀ ਕੋਈ ਵੀ ਸਾਇੰਸ ਫਿਕਸ਼ਨ ਚੱਕ ਲਓ ਉੱਥੇ ਤੁਹਾਡੇ ਘਰ ਦਾ ਜਿਹੜਾ ਨੌਕਰ ਹੋਊਗਾ ਰੋਬੋਟ ਹੋਊਗਾ ਜ ਉਹ ਮੰਨਦੇ ਸੀ ਜਦੋਂ ਰੋਬੋਟ ਆਗੇ ਹਨਾ ਤੇ ਸਭ ਤੋਂ ਪਹਿਲਾਂ ਲੇਬਰ ਜੋਬਾਂ ਖਤਮ ਹੋ ਜਾਣੀਆਂ ਬਈ ਰੋਬਟਾਂ ਨੇ ਸਾਰੀਆਂ ਪਹਿਲਾਂ ਲੇਬਰ ਜੋਬਾਂ ਖਤਮ ਕਰ ਦੇਣੀਆਂ ਤੇ ਬਾਅਦ ਚ ਆਣੇ ਸਾਰੀਆਂ ਜਿਹੜੀਆਂ ਲਾਇਰਸ ਦੀ ਹੋ ਗਈ ਕੋਈ ਵੀ ਕੰਟ੍ਰੈਕਟ ਬਣਾਉਣੇ ਆ ਬਈ ਉਹ ਖਤਮ ਕਰ ਦੇਣੇ ਆ ਮਤਲਬ ਬੈਂਕਰ ਦੀ ਜੋਬਾਂ ਹੋ ਗਿਆ ਜਿੰਨੀਆਂ ਵੀ ਵਾਈਟ ਕਾਲਰ ਜੋਬਾਂ ਆ ਉਹ ਸਾਰੀਆਂ ਏਆਈ ਨੇ ਖਤਮ ਕਰ ਦੇਣ ਲੇ ਤੇ ਤੀਜਾ ਸਟੈਪ ਕਹਿੰਦੇ ਵੀ ਏਆਈ ਨੂੰ ਕਹਿੰਦਾ ਜੇ ਬਹੁਤ ਟਾਈਮ ਲੱਗਣਾ ਬਈ ਆਰਟ ਸਿੱਖਣ ਚ ਮਤਲਬ ਆਰਟ ਕਰਨ ਚ ਵੀ ਏਆਈ ਆਰਟ ਕਿੱਦਾਂ ਰੂਕੀ ਇਹ ਬੰਦੇ ਦੇ ਅੰਦਰੋਂ ਨਿਕਲਦਾ ਵੀ ਏਆਈ ਸਟੋਰੀ ਲਿਖ ਸਕਦਾ ਜੱ ਕੋਈ ਐੜੇ ਕੰਮ ਹੈ ਬਹੁ ਹਾਰਾ ਇਹ ਬੰਦੇ ਦੇ ਅੰਦਰੋਂ ਕਲਾ ਨਿਕਲਦੀ ਹੈ ਤੇ ਫੇਰੀ ਪੇਂਟਿੰਗ ਬਣਦੀ ਹੈ ਤੇ ਜਿਹੜੇ ਐਕਸਪਰਟ ਸੀਗੇ ਉਹ ਇਹੀ ਮੰਨਦੇ ਸੀ ਵੀ ਪਹਿਲਾਂ ਜਿਹੜਾ ਛੋਟੇ ਕੰਮ ਕਰੋਗੇ ਵੀ ਨੋਰਮਲ AI ਕੰਮ ਕਰੂਗਾ ਵੀ ਉਤੋਂ ਸਟੈਪ ਬਾਅਦ ਚੋ ਕੁਆਇਟ ਕੋਲਰ ਜੱਬਾ ਖਾਂਦੇਗਾ ਤੇ ਐਂਡ ਤੇ ਜਾ ਕੇ ਜਿਹੜਾ ਆਰਟ ਆ ਨਾ ਕਲਾ ਉਹ ਫੇਰਂ ਤੇ ਜਾ ਕੇ ਆਉਣੀ ਆ ਪਰ ਤੁਸੀਂ ਆਪ ਦੇਖਿਆ ਹੋਇਆ ਉਲਟਾ AI ਆਰਟ ਕਿੰਨਾ ਵਧੀਆ ਕਰ ਲੈਂਦਾ ਬਹੁਤ ਵੈਬਸਾਈਟ ਆਇਆ ਤੁਸੀਂ ਪਲੇਗਰਾਉਂਡ AI ਤੇ ਜਾਓ ਉੱਥੇ ਜੋ ਕਮਾਂਡ ਦੇਵੋਗੇ ਉਦਾਂ ਦੀ ਫੋਟੋ ਬਣ ਕੇ ਆ ਜਾਣੀ ਤੇ ਜਿੰਨੀ ਮਰਜ਼ੀ ਲਿਖ ਦਿਓ ਭਈ ਆਪਣੀ ਸਿੱਖਾਂ ਬਾਰੇ ਬਾਬੇ ਨਾਨਕ ਬਾਰੇ ਜੋ ਮਰਜ਼ੀ ਲਿਖ ਦਿਓ ਜਿੰਨਾ ਕਲੀਅਰ ਪ੍ਰੌਮਪਟ ਹਿਦਾਉਗੇ ਮਤਲਬ ਜਿੰਨੀ ਚੰਗੀ ਕਮਾਂਡ ਦੇਵੋਗੇ ਉਨਾ ਹੀ ਚੰਗੀ ਉਹ ਪਿਕਚਰ ਬਣਾ ਕੇ ਦੇਵੋਗੇ ਤੁਹਾਨੂੰ ਇਹ ਸੋਚਦੇ ਵੀ ਬਹੁਤ ਹਾਰਡ ਕੰਮ ਆ ਪਰ AI ਨੇ ਸਭ ਤੋਂ ਪਹਿਲਾਂ ਇਹ ਸਟਾਰਟ ਕੀਤਾ ਜਿਹੜਾ ਕੰਮ ਸਭ ਤੋਂ ਔਖਾ ਸੀ ਨਾ ਉਹ AI ਨੇ ਪਹਿਲਾਂ ਕਰ ਦਿੱਤਾ ਫੇਰ ਬਾਅਦ ਚ ਵਾਈਟ ਕਾਲਰ ਜੌਬ ਵਾਲੀਆਂ ਜਿਹੜੇ ਕੰਟਰੈਕਟ ਬਣਦੇ ਆ ਚੈਟ ਜੀ ਆਈ ਪੀ 4 ਤੁਸੀਂ ਪੇ ਕਰਨੇ ਪੈਂਦੇ ਤੁਹਾਨੂੰ ਬਹੁਤ ਵਧੀਆ ਕੰਟਰੈਕਟ ਬਣਾ ਕੇ ਦੇ ਜਾਂਦਾ ਉਹ ਅੱਜ ਕੱਲ ਤੇ ਲੋਅਰ ਵੀ ਚੈਟ ਜੀ ਆਈ ਪੀ 4 ਦੀ ਹੈਲਪ ਲੈਂਦੇ ਆ ਵੀ ਕੰਟਰੈਕਟ ਬਣਾਉਣ ਤੇ ਹੁਣ AI ਨੇ ਲੇਬਰ ਜੌਬਾਂ ਫੜਨੀਆਂ ਸਾਰੀਆਂ ਥੋੜੇ ਜਿਨਾ ਵਾ ਜਿਹੜਾ ਆਪਣੇ ਬੰਦੇ ਨਾਲ ਟਰੱਕਾਂ ਦਾ ਕੰਮ ਆ ਵੀ ਉਹ ਵੀ ਠੱਪਣ ਵਾਲਾ ਕਿਉਂਕਿ AI ਨੇ ਟੇਕਓਵਰ ਕਰ ਲੈਣਾ ਕਿਉਂਕਿ ਸਾਰਾ ਕੁਝ ਆਟੋਮੈਟਿਕ ਹੋ ਜਾਣਾ ਵੀ ਟਰੱਕ ਵੀ ਆਟੋਮੈਟਿਕ ਆਉਣੇ ਆ ਬੰਦਿਆਂ ਦੀ ਲੋੜ ਨਹੀਂ ਪੈਣੀ ਆਪਾਂ ਗੱਡੀਆਂ ਚਲਾਉਂਦੇ ਵੀ ਬਹੁਤ ਗਲਤੀ ਕਰ ਜਾਂਦੇ ਕੋਈ ਸਵਾ ਜਾਂਦਾ ਕੋਈ ਦੇਖਦਾ ਨਹੀਂ ਵੀ ਫੋਨ ਵਰਤ ਲੈਂਦਾ ਪਰ ਇਹ ਗਲਤੀਆਂ AI ਨੇ ਨਹੀਂ ਕਰਨੀਆਂ ਹਨ ਵੀ ਆਟੋਮੈਟਿਕ ਟਰੱਕ ਚਲਣ ਡਿਆ ਤੇ AI ਟਰੱਕ ਚਲਾਉਂਦੇ ਆ ਮਤਲਬ AI ਇਦਾਂ ਨਹੀਂ ਐਡਵਾਂਸ ਹੋ ਜਾਣੀਆਂ ਵੀ ਜਿੱਦੇ ਉਹਨੇ ਲਾਈਨ ਚੇਂਜ ਕਰਨੀ ਹੈ ਨਾ ਉਹਨੇ ਜਿੰਨੀਆਂ ਗੱਡੀਆਂ ਨਾਲ ਤੁਰਨ ਡੀਆਂ ਉਹਨੂੰ ਸਿਗਨ ਭੇਜਣਾ ਭਈ ਮੈਂ ਲੇਨ ਚੇਂਜ ਕਰ ਰਹੀ ਆ ਤੇ ਜਿੰਨੀਆਂ ਲੱਗ ਗਈ ਸਾਰੇ ਗੱਡੀ ਹੋਣੀ ਉਹਨੂੰ ਪਤਾ ਲੱਗ ਜਾਣਾ ਉਹ ਇਹ ਗੱਡੀ ਲੇਨ ਚੇਂਜ ਕਰ ਰਹੀ ਆ ਤੇ ਐਕਸੀਡੈਂਟ ਦੇ ਚਾਂਸ ਅੱਗੇ ਅੱਗੇ ਜਾ ਕੇ ਬਹੁਤ ਘਟ ਜਾਣੇ ਹੁਣ ਤਾਂ ਬਹੁਤ ਨੇ ਅਡਵਾਂਸ ਨਹੀਂ ਡੇ ਟੈਕਨੋਲੋਜੀ ਆ ਟੈਸਲਾ ਚਾਹ ਤੇ ਹੋਰ ਫਿਊ ਗੱਡੀਆਂ ਚ ਉਹ ਅਡਵਾਂਸ ਨਹੀਂ ਨਹੀਂ ਵੀ ਨਾ ਕੁਝ ਡਿਟੈਕਟ ਕਰ ਸਕਦੀ ਆ ਵੀ ਅਜੇ ਤਾਂ 20 ਸਾਲ ਬਾਅਦ ਵੀ ਇਦਾਂ ਨਹੀਂ ਅਡਵਾਂਸ ਹੋ ਜਾਣੀ ਇਹ ਇਹ ਬੰਦਿਆਂ ਨਾਲੋਂ ਜ਼ਿਆਦਾ ਵਧੀਆ ਡਰਾਈਵਰ ਕੰਮ ਕਰਨ ਨੇ ਤੇ ਇਹ ਗੱਲਾਂ ਸਾਰੀਆਂ ਇਲਨ ਮਸ ਸਮਝਦਾ ਇਦਾਂ ਦੇ ਹੋਰ ਬੁੱਧੀਜੀਵੀ ਲੋਕਾਂ ਜਿਨ੍ਹਾਂ ਨੂੰ ਪਤਾ ਵੀ AI ਦਾ ਮੁਕਾਬਲਾ ਨਹੀਂ ਕਰ ਸਕਦੇ ਹਿਊਮਨ ਇਹਨਾਂ ਵਿੱਚੋਂ ਸਟੀਵਨ ਹਾਕਿੰਗ ਵੀ ਸੀਗੇ ਤੇ ਯੂਵਲ ਨੋਆ ਹਰਾਰੀ ਵੀ ਇਹੀ ਮੰਨਦੇ ਆ ਇਹਨਾਂ ਨੇ ਤੁਸੀਂ ਬੁੱਕ ਬਹੁਤ ਫੇਮਸ ਬੁੱਕ ਪੜ੍ਹੀ ਹੋਣੀ ਆ ਵੀ ਸੇਵੀਨ ਬਰੀਫ ਹਿਸਟਰੀ ਆਫ ਮੈਨਕਾਈਂਡ ਇਹਨਾਂ ਦੇ ਇੱਕ ਹੋਰ ਬਹੁਤ ਫੇਮਸ ਬੁੱਕ ਆ ਵੀ 21 ਲੈਸਨ ਫੋਰ ਦਾ 21 ਸੈਂਚਰੀ ਉਹ ਉਹ ਤੇ ਉਹਨੇ ਇਹੀ ਐਕਸਪਲੇਨ ਕੀਤਾ ਵੀ ਅੱਗੇ ਜਾ ਕੇ ਵੀ ਇੱਕ ਹੋਰ ਬੱਕਰੀ ਕਲਾਸ ਬਣ ਜਾਣੀ ਆ ਜਿੱਦਾਂ AI ਡਿਵੈਲਪ ਹੋ ਜਾਂਦੀ ਆ ਤੇ ਇੱਕ ਬੱਕਰੀ ਕਲਾਸ ਬਣੀ ਨਹੀਂ ਨਾ ਕੋਈ ਜੋਬਾਂ ਹੋਣੀਆਂ ਹੀ ਨਹੀਂ ਬੇ ਸਰਕਾਰਾਂ ਉਹਨਾਂ ਬਾਰੇ ਟੈਨਸ਼ਨ ਲੈਂਦੀਆਂ ਨਹੀਂ ਉਹ ਬੁੱਕ 'ਚ ਬਹੁਤ ਚੰਗੀ ਤਰ੍ਹਾਂ ਡਿਟੇਲ ਨਾਲ ਦੱਸਿਆ ਤੁਸੀਂ ਜਾ ਕੇ ਪੜ੍ਹ ਸਕਦੇ ਬੁੱਕ 'ਚ ਦੱਸਿਆ ਵੀ ਇੱਕ ਲੋਅਰ ਕਲਾਸ ਹੁੰਦੀ ਆ ਆਪਾਂ ਮਿਡਲ ਕਲਾਸ ਆ ਵੀ ਇੱਕ ਹੋਰ ਹਾਈ ਕਲਾਸ ਵਾਲੇ ਤੇ ਇੱਕ ਹੋਰ ਕਲਾਸ ਬਣ ਜਾਣੀ ਆ ਜਿਹੜੇ ਸਾਰੇ ਬੇਲੇ ਹੋ ਜਾਣੇ ਆ ਜਦੋਂ AI ਨੇ ਟੇਕਓਵਰ ਕਰ ਲਿਆ ਤੇ ਗਵਰਨਮੈਂਟਾਂ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੁਣ ਤੇ ਗਵਰਨਮੈਂਟਾਂ ਕੋਈ ਚੋਰੀ ਹੋ ਚੱਣੀ ਆ ਕੁਦਰਤ ਦਾ ਨਿਯਮ ਆ ਵੀ ਆਪ ਨੂੰ ਚੇਂਜ ਹੋਣਾ ਹੀ ਪਣੇ ਵੀ ਕੁਦਰਤ ਚੇਂਜ ਹੁੰਦੀ ਆ ਤੇ ਚੇਂਜ ਜ਼ਿੰਦਗੀ ਦਾ ਅਸੂਲ ਆ ਤੇ ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਇਨਾ ਨਾ ਬਣਾਓ ਫੇਰ ਇੰਨਾ ਪੰਗਾ ਆ ਤੇ ਇਦਾਂ ਹੀ ਰਹੀ ਉਹ ਓਪਨਹਾਇਮਰ ਬਾਰੇ ਪੜ੍ਹਦੇ ਨਾ ਜਿਨ੍ਹਾਂ ਨੇ ਪਰਮਾਣੂ ਬੰਬ ਬਣਾਇਆ ਸੀ ਉਹਨਾਂ ਦੀ ਦੁਬਿਧਾ ਇਹੀ ਸੀ ਜਦੋਂ ਬੰਦੇ ਨੂੰ ਪਹਿਲਾ ਪਤਾ ਲੱਗਿਆ ਵੀ ਪਰਮਾਣੂ ਤੋੜ ਸਕਦੇ ਆ ਨਾ ਆਪਾਂ ਤੇ ਉਹਦੇ ਉਪਰ ਪਤਾ ਲੱਗਿਆ ਵੀ ਪਰਮਾਣੂ ਬੰਬ ਕਿਸੇ ਨਾ ਕਿਸੇ ਨੇ ਬਣਾ ਲੈਣਾ ਵੀ ਗੱਲ ਇਹ ਸੀ ਨਾ ਵੀ ਬਣਾਊਗਾ ਕਿਹੜਾ ਪਹਿਲਾਂ ਜਰਮਨ ਹਿਟਲਰ ਆਪਣਾ ਜੋਰ ਲਾਉਣ ਦਾ ਹੀ ਫਿਰ ਬਣੂਗਾ ਪਹਿਲਾਂ ਮੇਤੋ ਬਣ ਜਵੇ ਅਮਰੀਕਨ ਦਾ ਆਪ ਦਾ ਜੋਰ ਲੱਗਾ ਪਿਆ ਸੀ ਵੀ ਪ੍ਰਮਾਣੂਆਂ ਮਹੀ ਪਹਿਲਾਂ ਬਣਾਈਏ ਜਦੋਂ ਅਮਰੀਕਾ ਨੇ ਪਹਿਲਾਂ ਬਣਾ ਲਿਆ ਤੇ ਰੈਫਟਰ ਹਿਸਟਰੀ ਤੇ ਬਾਅਦ ਤੁਹਾਨੂੰ ਪਤਾ ਵੀ ਕੀ ਹੋਇਆ ਇਦਾਂ ਹੀ AI ਨਾ ਵੀ AI ਕਿਸੇ ਨਾ ਕਿਸੇ ਨੇ ਬਣਾਈ ਲੈਣੀ ਆ ਵੀ ਜੇ ਇਹਨਾਂ ਨੇ ਨਹੀਂ ਬਣਾਉਣੀ ਆ ਨਾ ਕਿਸੇ ਨੇ ਕਿਸੇ ਨੇ ਸ਼ੁਰੂ ਕਰ ਲੈਣੀ ਆਪਾਂ ਨੂੰ ਪਤਾ ਲੱਗ ਗਿਆ ਵੀ ਇਦਾਂ ਬਣਦੀ ਆ ਤੇ AI ਆਉਣੀ ਆ ਤੇ ਇਲਨ ਮਸਕ ਨੇ ਕਈ ਵਾਰੀ ਬੋਲਿਆ ਹੈ AI ਦੇ ਉੱਪਰ ਵੀ ਇਫ ਯੂ ਕਾਂਟ ਬੀਟ ਥੈਮ ਜਸਟ ਜੁਆਇਨ ਥੈਮ ਆ ਇਲਨ ਦਾ ਮਤਲਬ ਇਦਾਂ ਵੀ ਤੇ ਹੀ ਕਿਸੇ ਤੋਂ ਜਾਤ ਨਹੀਂ ਸਕਦੇ ਨਾ ਤੇ ਉਹਨੂੰ ਜੁਆਇਨ ਕਰ ਲਓ ਤੇ ਉਹ ਇਦਾਂ ਹੀ ਚਾਹੁੰਦਾ ਵੀ ਜਿੱਦਾਂ AI ਡਿਵੈਲਪ ਕਰ ਰਹੀ ਹੈ ਨਾ ਤੇ ਬੰਦਾ ਵੀ ਉਹਦੇ ਨਾਲ ਡਿਵੈਲਪ ਕਰੇ ਤੇ AI ਤੇ ਬੰਦੇ ਦੋਨੇ ਇਕੱਠੇ ਚੱਲਣਾ ਮਨੁੱਖਤਾ ਦੋਨੇ ਇਕੱਠੇ ਚੱਲਣਾ ਫੇਰ ਬਰਛਾ ਦਾ ਮਨੁੱਖ ਨਹੀਂ ਦਾ ਮਨੁੱਖੜੇ ਬਚਣਾ ਨਹੀਂ ਤੇ ਐਦੀ ਕਰਕੇ ਉਹਨਾਂ ਨੇ ਨਿਊਰੋਲਿੰਕ ਕੰਪਨੀ ਸ਼ੁਰੂ ਕੀਤੀ ਹੈ ਤੇ ਇਲਨ ਮਸਕ ਦਾ ਮੋਟੋ ਮੇਨ ਹੈ ਹੀ ਆ ਵੇ ਕਿ ਇਹ ਤਰ੍ਹਾਂ ਆਪਾਂ ਹਿਊਮਨ ਨੂੰ ਤੇ AI ਨੂੰ ਇਕੱਠੇ ਚਲਾਈਏ ਤੇ ਇਹਨਾਂ ਨੇ ਸਰਕਾਰਾਂ ਤੇ ਵੀ ਜ਼ੋਰ ਪਾਇਆ ਸੀ ਵੀ ਜਦੋਂ ਓਬਾਮਾ ਸੀ ਨਾ ਓਬਾਮੇ ਨੇ ਵੀ ਗੱਲ ਗੋਲ ਕੀਤੀ ਤੇ ਓਬਾਮੇ ਨੇ ਲਈ ਵਾਰੀ ਗੱਲ ਗੋਲੀ ਨਹੀਂ AI ਦੇ ਉੱਪਰ ਤੇ ਮਾਰਕੀਟ 'ਚ ਫਿਰ ਇਦਾਂ ਆਏ ਵੀ ਜਿਹੜੇ ਪੈਰਾਲਾਈਜ਼ ਬੰਦੇ ਹਨਾ ਜਿਹੜਾ ਨੂੰ ਅਧਰੰਗ ਹੋਇਆ ਜਿਹੜਾ ਕੋਈ ਚਲਾ ਨਹੀਂ ਸਕਦੇ ਵੀ ਅਸੀਂ ਉਹਨਾਂ ਨੂੰ ਫਿਕਸ ਕਰ ਸਕਦੇ ਹਾਂ ਤੇ ਫਿਰ ਇਹਨਾਂ ਨੇ ਜਾਨਵਰਾਂ ਤੇ ਸ਼ੁਰੂ ਕੀਤਾ ਟੈਸਟ ਬਾਅਦ ਚੋ ਐਫ ਡੀਏ ਨੇ ਇਹਨੂੰ ਅਪਰੂਵ ਕੀਤਾ ਵੀ ਉਹ ਗਵਰਨਮੈਂਟ ਏਜੰਸੀ ਅਮਰੀਕਾ ਦੀ ਤੇ ਉਹਨੇ ਅਪਰੂਵ ਕੀਤਾ ਤੁਸੀਂ ਬੰਦਿਆਂ ਤੇ ਕਰ ਸਕਦੇ ਤੇ ਉਹ ਬੰਦੇ ਤੇ ਟੈਸਟ ਹੋਇਆ ਤੇ ਹੁਣ ਬੰਦੇ ਦੇ ਵਿੱਚ ਚਿਪ ਲੱਗੀ ਆ ਜਿਹੜੀ ਇਹ ਟੈਕਨੋਲੋਜੀ ਦੀ ਗੱਲ ਕਰਦੇ ਨਾ ਵੀ ਨਿਊਰਨ ਲਿੰਕ ਟੈਕਨੋਲੋਜੀ ਵੀ ਬੰਦੇ ਦੇ ਵਿੱਚ ਚਿਪ ਲਾਉਣੀ ਆ ਇਹ ਟੈਕਨੋਲੋਜੀ ਨਵੀਂ ਨਹੀਂ ਇਹ ਪੁਰਾਣੀ ਆ ਕਾਫੀ ਇਹ ਟੈਕਨੋਲੋਜੀ ਨੂੰ ਬੀਸੀਆਈ ਟੈਕਨੋਲੋਜੀ ਕਹੇ ਜਾਂਦਾ ਆ ਆ ਬ੍ਰੇਨ ਕੰਪਿਊਟਰ ਇੰਟਰਫੇਸ ਟੈਕਨੋਲ ਤੇ ਇਹ ਟੈਕਨੋਲੋਜੀ ਇਦਾਂ ਕੰਮ ਕਰਦੀ ਆ ਵੀ ਕ ਤੇ ਆ ਹੁਣ ਤੁਹਾਡੇ ਅੱਗੇ ਵੀਡੀਓ ਚ ਲੰਢੀ ਹੋਣੀ ਆ ਤੇ ਆ ਕੁੜੀ ਨੂੰ ਇਹ ਰੰਗ ਹੋਇਆ ਆ ਤੇ ਇਹਦੇ ਦਿਮਾਗ 'ਚ ਚਿਪ ਲੱਗੀ ਆ ਹੁਣ ਦੇਖੋ ਕਿੱਡੀ ਵੱਡੀ ਬਲਕ ਚਿਪ ਆ ਉਹ ਵੀ ਕਿੱਡੀ ਕੰਪਿਊਟਰ ਨਾਲ ਕਨੈਕਟਡ ਆ ਕਿੱਡੀਆਂ ਤਾਰਾਂ ਬਸ ਗਿਆ ਆ ਗੱਲਾਂ ਕਰਨ ਦੀ ਕੰਪਿਊਟਰ ਨਾਲ ਉਹ ਜੋ ਜੋ ਸੋਚਦੀ ਆ ਕੰਪਿਊਟਰ ਤੇ ਉਹੀ ਬੀਤਣ ਲਿਆ ਆ ਪਰ ਇਹ ਦਿਮਾਗ 'ਚ ਲੀਡਰ ਲੱਗੀਆਂ ਜਿਹੜੀਆਂ ਕਨੈਕਟਡ ਆ ਇਹ ਟੈਕਨੋਲੋਜੀ ਬਹੁਤ ਪੁਰਾਣੀ ਆ ਪਰ ਨਿਊਰਲਿੰਕ ਨੇ ਇਹ ਗੱਲ ਕੀਤੀ ਆ ਜਿਹੜਾ ਉਹਨੇ ਚਿਪ ਗੱਡੀ ਆ ਨਾ ਵੀ ਛੋਟੀ ਉਹ ਦਿਮਾਗ ਦੇ ਅੰਦਰ ਫਿੱਟ ਹੋ ਜਾਂਦੀ ਆ ਜਿਹੜੀ ਖਾਸ ਗੱਲ ਕੱਢੀ ਨਿਊਰਲਿੰਕ ਨੇ ਉਹ ਇਹ ਹੀ ਆ ਵੀ ਪੇੜ ਦਿਮਾਗ ਦੇ ਅਦਰ ਚੱਲ ਜਾਂਦੀ ਆ ਤੇ ਜਿਹਦੇ ਲੱਗੀ ਆ ਆਪ ਨੂੰ ਪਤਾ ਵੀ ਨਹੀਂ ਲੱਗਣਾ ਵੀ ਉਹਦੇ ਦਿਮਾਗ 'ਚ ਛਿੱਪ ਲੱਗੀ ਹੁਣ ਜਿੱਦਾਂ ਵੀਡੀਓ 'ਚ ਉਹਦਾ ਐਵਟਾਰ ਬਣਾਇਆ ਕੁੜੀ ਦਾ ਤੇ ਉਹ ਬੋਲਣ ਤਾਂ ਨਹੀਂ ਨਹੀਂ ਮਤਲਬ ਉਹਰੀ ਹੈ ਨਹੀਂ ਨਾ ਪੈਰਾਲਾਈਜ਼ ਆ ਨਾ ਬੋਲ ਸਕਦੀ ਆ ਉਹ ਤੇ ਉਹ ਦਿਮਾਗ 'ਚ ਹੀ ਸੋਚਣ ਲਈ ਆ ਤੇ ਉਹ ਅੱਗੇ ਜਿਹੜੀ ਬੁੜੀ ਜਿਹੜੀ ਕਾਰਟੂਨ ਬਣਿਆ ਦਾ ਐਵਟਾਰ ਬਣਿਆ ਉਹ ਉਹਦੇ ਰੀਅਲ ਟਾਈਮ ਗੱਲਾਂ ਕਰਨ ਢੀਆ ਤੇ ਇਹ ਬੁੜੀ ਨਾ ਬੋਲ ਸਕਦੀ ਹੁਣ ਆਪਣੀ ਸਾਰੀ ਫੀਲਿੰਗ ਆਪਣੀ ਫੈਮਿਲੀ ਨਾਲ ਸ਼ੇਅਰ ਕਰ ਸਕਦੀ ਜਿਹੜੀ ਕੁੜੀ ਗੱਲਾਂ ਕਰਦੀ ਹੈ ਇਹ ਤਾਂ ਦੇ ਸਲੋ ਟੈਕਨੋਲੋਜੀ ਹੈ ਜਿਹੜੀ ਨਿਊਰਲ ਇੰਕ ਚਿਪ ਦੀ ਗੱਲ ਕਰਦੇ ਹਨ ਉਹ ਬਹੁਤ ਜ਼ਿਆਦਾ ਤੇਜ਼ ਹੋਣੀ ਹੈ ਹੁਣ ਜਦੋਂ ਆਪਾਂ ਦਿਮਾਗ 'ਚ ਕੋਈ ਸੋਚਦੇ ਹਾਂ ਵੀ ਕਿਸੇ ਨੂੰ ਆਪਾਂ ਗੱਲ ਕਹਿਣੀ ਹੈ ਆਪਾਂ ਯਾਰ ਵਟਲੀਆ ਨਾਲ ਬੈਠੇ ਆਪਾਂ ਗੱਲ ਕਹਿਣੀ ਆ ਪਹਿਲਾਂ ਆਪਾਂ ਦਿਮਾਗ 'ਚ ਸੋਚਦੇ ਹਾਂ ਤੇ ਫਿਰ ਆਪਾਂ ਲੈਂਗੁਏਜ ਬਣਾ ਕੇ ਅਗਲੇ ਨੂੰ ਦੱਸਦੇ ਹਾਂ ਮੈਂ ਮੈਂ ਪੰਜਾਬੀ 'ਚ ਦੱਸਿਆ ਜਿਹੜੀ ਲੈਂਗੁਏਜ ਨੇ ਮੂੰਹ 'ਚ ਮੰਡੀ ਉਹਨੂੰ ਟਾਈਮ ਲੱਗਣ ਡਿਆ ਮੈਂ ਬੋਲਣ ਜਿਆਦਾ ਆ ਪੈਕਜ ਦੇ ਨਾਲ ਸਮਝ ਲਿਆ ਕਰਨਾ ਵੀ ਉਹਨੇ ਕੀ ਕਿਹਾ ਨਹੀਂ ਤੁਹਾਨੂੰ ਗੱਲ ਮਜ਼ਾਕ ਲੱਗਦੀ ਨਹੀਂ ਪਰ ਐਕਚੁਅਲੀ ਰੀਅਲ ਹੋਣ ਰਿਹਾ ਕਿਉਂਕਿ ਜਦ ਕੁੜੀ ਕੰਪਿਊਟਰ ਨਾਲ ਕਨੈਕਟ ਹੋ ਕੇ ਗੱਲਾਂ ਕਰਦੀ ਹੈ ਨਾ ਇੱਦੇ ਤੁਹਾਡੇ ਦਿਮਾਗ ਚਿਪ ਲੱਗੀ ਹੋਊਗੀ ਮੇਰੇ ਦਿਮਾਗ ਚ ਲੱਗੀ ਹੋਊਗੀ ਆ ਪੈਕਜ ਦੇ ਨਾਲ ਇੰਨੀ ਛੇਤੀ ਗੱਲ ਕਰ ਸਕਦੇ ਨਾ ਵੀ ਬੋਲਣ ਦੀ ਲੋੜ ਨਹੀਂ ਪੈਣੀ ਉਹਦੇ ਗੱਲਾਂ ਹੋ ਜਾਣੇ ਕੁਝ ਦਿਨ ਤੇ ਆ ਸੀ ਅੱਜ ਦੀ ਵੀਡੀਓ ਤੇ ਇਹਨੂੰ ਦੋ ਪਾਟੇ ਜਿ ਬਣਾਉਂਗਾ ਮੈਂ ਅਗਲੇ ਪੜਾਅ ਚ ਇਹ ਸਮਝੋ ਕਿ ਇਹ ਬੀੜੀ ਚਿਪਾ ਉਹ ਹੈਗੀ ਕਿਦਾਂ ਵੀ ਉਹ ਕਿਦਾਂ ਕੰਮ ਕਰਦੀ ਆ ਤੇ ਇਹ ਜੇ ਟੈਕਨੋਲੋਜੀ ਆਈ ਤੇ ਅੱਗੇ ਆਪਾਂ ਨੂੰ ਕੀ ਕੀ ਪ੍ਰੋਬਲਮ ਆ ਸਕਦੀ ਆ ਤੇ ਆਪਾਂ ਨੂੰ ਇਹ ਜੇ ਚਿਪ ਲੱਗੇ ਹੋਵੇ ਕੀ ਕੀ ਪ੍ਰੋਬਲਮ ਆ ਸਕਦੀ ਆ ਤੇ ਇਹਨਾਂ ਦੀ ਗੱਲ ਆਪਾਂ ਅਗਲੀ ਵੀਡੀਓ ਚ ਕਰਾਂਗੇ ਹੁਣ ਵੀਡੀਓ ਮੈਨੂੰ ਦੋ ਭਾਗ ਜਿਹਾ ਬੁਣੀ ਪੈਣੀ ਕਿਉਂਕਿ ਮੇਰੇ ਤੋਂ ਟਾਈਮ ਨਹੀਂ ਹੁੰਦਾ ਤੇ ਵੀਡੀਓ ਐਡੀਟਿੰਗ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਅਜੇ ਤਾਂ ਬਹੁਤ ਘੱਟ ਬੰਦੇ ਜੁੜੇ ਆ ਜੇ ਕੋਈ ਬੰਦੇ ਚੈਨਲ ਤੇ ਜ਼ਿਆਦਾ ਜੁੜੇ ਤੇ ਮੈਂ ਲੰਮੀਆਂ ਲੰਮੀਆਂ ਵੀਡੀਓ ਬਣਾ ਸਕਦਾ ਵੇ ਇੱਕ ਵੀਡੀਓ ਚ ਸਾਰੀ ਗੱਲ ਐਕਸਪਲੇਨ ਕਰ ਦਵਾਂ ਤੇ ਆਹ ਸੀਗਾ ਭਾਗ ਪਹਿਲਾ ਤੇ ਅਗਲੀ ਵੀਕ ਮੈਂ ਲੈ ਕੇ ਆਉਂਗਾ ਭਾਗ ਦੂਜਾ ਤੇ ਉਹ ਟੈਕ ਵਰਲਡ ਚ ਵੀ ਦੁਨੀਆ ਚ ਕੀ ਖੁੰਡਿਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ